بسم اللہ الرحمن الرحیم अस्सलाम वालेकुम मेरे प्यारे इरफान कैसे हो मैं कच्ची आपरी कहूंगी आपकी दुआ से हम भी ठीक है आजकल लोग शुरू करने से पहले आप सब अनभाइयों से छोटी सी रिक्वेस्ट है मेरे चैनल को सब्सक्राइब करें लाइक करें कमेंट करें शेयर करें घंटी का निशान को ऑल पेกด दें हमारी नए आने वाली वीडियो आपके घरवा से नहीं पहुंच सके आजकल लगम शुरू करते हैं assi aj bahar aaye si dangar vas charan vaste te dangar da kam bada okha hai bahut mushkil hundi hai ਸਾਡੇ ਕੱਲ੍ਹ ਸਵੇਰ ਦੀ ਬੱਤੀ ਕੋਈ ਨਹੀਂ ਰਾਤ ਦੀ ਆਂਦੀ ਵਜਾਂ ਤੂੰ ਨਾ ਬੱਤੀ ਚਲੀ ਗਈ ਏ ਫੇ ਤਾਰੇ ਟੁੱਟ ਗਏ ਸਾਡੇ ਨਾਲ ਦੇ ਪਿੰਡ 'ਚ ਤੇ ਉਹਦੀ ਵਜ੍ਹਾ ਤੋਂ ਸਾਡੇ ਪੱਠੇ ਕੁਤਰੀ ਨਹੀਂ ਸਕੇ ਅਸੀਂ ਫੇਰ ਡੰਗਰ ਛੱਡ ਲਏ ਛੱਡ ਕੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਕੁਝ ਟਾਈਮ ਚਰਾ ਲਈਏ ਚਰਾ ਕੇ ਤੇ ਰਜ ਲੈਣਗੇ ਕਿਉਂਕਿ ਸ਼ਾਮ ਨੂੰ ਇਹਨਾਂ ਨੂੰ ਦੁੱਧ ਵੀ ਦੇਣਾ ਹੈ ਜੇਕਰ ਮਸਲਾ ਸੀ ਚਰਾਏ ਨਾ ਤੇ ਪੱਠੇ ਨਾ ਨਨ ਪਾਏ ਤੇ ਇਹਨਾਂ ਨੇ ਸ਼ਾਮ ਨੂੰ ਕੀ ਸਾਨੂੰ ਦੁੱਧ ਦੇਣਾ ਉਹਦੀ ਵਜ੍ਹਾ ਤੋਂ ਅਸੀਂ ਇਹਨਾਂ ਨੂੰ ਬਾਹਰ ਛੱਡ ਕੇ ਲੈ ਆਏ ਆ ਮਨਾਹਲ ਈਮਾਨ محمد ਰਹਾ ਬਸੀ ਮੈਂ ਅਸੀਂ ਜਿਹਨੇ ਚਾਰੇ ਜਣੇ ਮੱਜਨ ਛੱਡੀ ਫਨੇ ਆ ਸਵੇਰ ਦਾ ਗਰਮੀ ਵੀ ਬੜੀ ਅੱਜ ਵੈਸੇ ਵਹਾ ਵੀ ਥੋੜੀ ਥੋੜੀ ਗੁਲੀ ਹੋਈ ਹੈ ਲੇਕਿਨ ਫਿਰ ਵੀ ਗਰਮੀ ਬਹੁਤ ਮਹਿਸੂਸ ਹੋ ਰਹੀ ਅੱਜ ਸੂਰਜ ਬੜਾ ਤਪਸ਼ ਤੇ ਅਸੀਂ ਬਾ ਡੰਗਰਾਂ ਨੂੰ ਚਰਾ ਰਹੇ ਹਾਂ ਤੇ ਇਹ ਦਿਹਾੜ ਦੇ ਵਿੱਚ ਬਹੁਤ ਮੁਸ਼ਕਲ ਹੁੰਦਾ ਸਭ ਤੋਂ ਔਖਾ ਕੰਮ ਏ ਡੰਗਰਾਂ ਦਾ ਹੁੰਦਾ बाकी सारे काम इंसान आसानी न कर सकता लेकिन सब तो बहुत मुश्किल है काम तो असं जनाब चला रहे हैं नाल नाल था वीडियो भी खा रहे हैं बाकी अल्लाह पाक मेरे सारे बहनों ब्रामा खुश रखे तो अज उन्नती रोज़ा है वेखो हूँ शाम को अगर मसलन ईद का चांद नज़र आ गया तो फिर कल इन शाला ईद होगी अगर ना आया तो तीसरा रोज़ा होगा बेहतर तई कि तीस रोज़े मुकम्मल हो जाए उस तो बाद ਈਦ ਹੋਵੇ ਵੇਖੋ ਜਿਵੇਂ ਅੱਲਾ ਨੂੰ ਮਨਜ਼ੂਰ ਹੈ ਔਰ ਬਾਕੀ ਕੁਛ ਉਲਮਾ ਇਕਰਾਮ ਜਿਸ ਤਰ੍ਹਾਂ ਦਾ ਉਹਨਾਂ ਨੇ ਫੈਸਲਾ ਕਰਨਾ ਹੈ ਬਾਕੀ ਜੋ ਨਸੀਬ ਹੈ ਅਗਰ ਕੱਲ ਦਾ ਰੋਜ਼ਾ ਨਸੀਬਾਂ 'ਚ ਹੈ ਤੇ ਫਿਰ ਰੱਖਾਂਗੇ ਇਨਸ਼ਾਅੱਲਾ ਅਗਰ ਨਹੀਂ ਹੈ ਤੇ ਫਿਰ ਕੱਲ ਨੂੰ ਲਾਜ਼ਮੀ ਜਾ ਕੇ ਫਿਰ ਈਦ ਪੜਾਂਗੇ ਅੱਲਾ ਬਿਹਤਰ ਕਰੇਗਾ ਬਾਕੀ ਸਾਰਿਆਂ ਵਾਸਤੇ ਅਗਰ ਮਸਲਮ ਕੱਲ ਨੂੰ ਈਦ ਹੁੰਦੀ ਹੈ ਤੇ ਸਾਨੂੰ ਸ਼ਾਮ ਨੂੰ ਪੱਠੇ ਵੱਢ ਕੇ ਰੱਖਣੇ ਪੈਣ ਸਵੇਰੇ ਫਿਰ ਸਵੇਰੇ ਸਵੇਰੇ ਸਿੱਕੂਦਰ ਕੇ ਪਾ ਕੇ ਤੇ ਫਿਰ ਈਦ ਪੜਾਂਗੇ ਬਾਕੀ ਦਾ ਜੋ ਅੱਲਾਹ ਨੂੰ ਮਨਜ਼ੂਰ ਹੈ ਅਗਰ ਨਾ Eid ਹੋ ਇਧ ਪੱਠੇ ਤੇ ਫਿਰ ਵੀ ਰਾਗ ਵੜ ਕੇ ਰੱਖਣੇ ਪੈਣਨ ਸਵੇਰੇ ਨਾ Eid ਤੇ ਪਰਸੋਂ ਫਿਰ ਇਨਸ਼ਾ ਅੱਲਾਹ Eid ਹੋਸੀ ਸਾਰੇ ਭੈਣਾ ਭਰਾਵਾਂ ਨੂੰ Eid ਮੁਬਾਰਕ ਹੋਵੇ ਐਡਵਾਂਸ ਸਾਡੀ ਤਰਫੋਂ ਮਨਾਹਲ ਵਿਲੇਜ ਲਾਈਫ ਚੈਨਲ ਦੀ ਤਰਫੋਂ ਸਾਰਿਆਂ ਭੈਣਾ ਭਰਾਵਾਂ ਨੂੰ Eid ਮੁਬਾਰਕ ਹੋਵੇ ਐਡਵਾਂਸ ਬਾਕੀ ਅੱਲਾਹ ਪਾਕ ਸਾਰਿਆਂ ਭੈਣਾ ਭਰਾਵਾਂ ਨੂੰ ਖੁਸ਼ ਰੱਖੇ ਜਿੱਥੇ ਵੀ ਕੋਈ ਹੈ ਜਿਨ੍ਹਾਂ ਜਿਨ੍ਹਾਂ ਨੇ ਵੈਣ ਬਿਰਾਵਾ ਨੇ ਸਾਰੇ ਰੋਜ਼ੇ ਰੱਖੇ ਉਹਨਾਂ ਨੂੰ ਮੁਬਾਰਕ ਹੋਵੇ ਔਰ ਬਾਕੀ ਜਿਨ੍ਹਾਂ ਨਹੀਂ ਰੱਖੇ ਉਹਨਾਂ ਨੂੰ ਅੱਲਾਹ ਜੱਤ ਅਗਲੇ ਸਾਲ ਰੱਖਣ ਦੀ ਤਾਫੀਕ عطا ਫਰਮਾਵੇ ਔਰ ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਕਰੇ ਸਾਡੀ ਤਾਂ ਦੁਆ ਹੈ ਹਮੇਸ਼ਾ ਸਾਰਿਆਂ ਦੇ ਨਾਲ ਤੇ ਬਾਕੀ ਸਾਡੇ ਵਾਸਤੇ ਵੀ ਸਾਰੇ ਵੈਣ ਬਿਰਾਵਾ ਦੀ ਅੱਗੇ ਰਿਕਵੈਸਟ ਹੈ ਕਿ ਦੁਆ ਕੀਤੀ ਕਰੋ ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ ਤੇ ਮਨਾਹਲ ਦੀ ਸ਼ਾਪਿੰਗ ਥੋੜੀ ਥੋੜੀ ਹੋ ਗਈ ਸੀ ਬਾਕੀ ਜਿਨ ਜਿੰਨੀ ਹੈ ਸੀ ਮਸਲਨ ਚੂੜੀਆਂ ਵਗੈਰਾ ਮੈਂ ਸਾਰੀਆਂ ਕੁਝ ਲਿਆ ਆਇਆ ਹਾਂ ਬਾਕੀ ਸ਼ਾਮ ਨੂੰ ਅਸੀਂ ਕੋਸ਼ਿਸ਼ ਕਰਨੀ ਹੈ ਅੱਜ ਜੇਕਰ ਚਾਨ ਨਜ਼ਰ ਆ ਗਿਆ ਤੇ ਇੱਕ ਵਾਰੀ ਇਹਨਾਂ ਦੇ ਕੋਈ ਮਹਿੰਦੀਆਂ ਵਗੈਰਾ ਰਹਿੰਦੀਆਂ ਨੇ ਉਹ ਸੀ ਲੈ ਆਉਣੀਆਂ ਤੇ ਅਸੀਂ ਜਾਵਾਂਗੇ ਸ਼ਹਿਰ ਅਗਰ ਚਾਨ ਨਜ਼ਰ ਆ ਗਿਆ ਤੇ ਮੌਲਵੀ ਨੇ ਐਲਾਨ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਅਸੀਂ ਜਾਵਾਂਗੇ ਅਗਰ ਨਾ ਹੋਇਆ ਤੇ ਕੱਲ ਨੂੰ ਇਨਸ਼ਾਅੱਲਾ ਇਹਨਾਂ ਦੀ ਬਾਕੀ ਕੁਝ ਚੀਜ਼ਾਂ ਮਿਸ ਹੈਂ ਉਹ ਸੀ ਲੈ ਆਵਾਂਗੇ ਤੇ ਬਾਕੀ ਕੱਪੜੇ ਛਪੜੇ ਮਨਾਹਲ ਦੇ ਸਾਰੇ ਆ ਗਏ ਕਿਉਂਕਿ ਮਨਾਹਲ ਦੇ ਫੇਵਰਿਟ ਡਿਸ਼ ਇਸ ਵਾਰੀ ਜੋ ਹੈ ਨਾ ਕਪੜੇ ਆਣ ਉਸ ਤੋਂ ਬਾਅਦ ਜੁੱਤੀ ਵੀ ਲੈ ਆਂਦੀ ਸੀ ਤੇ ਨਾਲ ਚੂੜੀਆਂ ਵੀ ਆ ਗਈਆਂ ਬਾਕੀ ਕੁਝ ਮਹਿੰਦੀ ਵਗੈਰਾ ਰਹਿੰਦੀ ਹੈ ਕੁਝ ਚੀਜ਼ਾਂ ਰਹਿੰਦੀਆਂ ਨੇ ਉਹ ਅਸੀਂ ਸ਼ਾਮ ਨੂੰ ਲੈ ਆਵਾਂਗੇ ਤੇ ਉਮੀਦ ਕਰਨੇ ਆ ਸਾਰੇ ਬੈਣ ਵਿਰਾਹ ਖੁਸ਼ ਹੋਣ ਅੱਲਾ ਪਾਕ ਸਾਰਿਆਂ ਦੀ Eid ਅੱਛੀ ਅੱਛੀ گزارੇ ਸਾਡੀ ਦੁਆ ਹੈ ਦ일리 ਦੁਆ ਹੈ ਅੱਲਾ ਪਾਕ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਲੰਮੀ ਜ਼ਿੰਦਗੀ ਤੇ ਤੰਦਰੁਸਤੀ ਦੇ